और साढ़े मामा जी कश्मीर मोहम्मद जी राणा मामा सारे वालों बहुत सारा मान आया था दिल शुक्र गुजार है
ओ बुले शाह जो ते थो वख नहीं ओ भैया पे वास मारे अपे ओ बुले नु लोकी मती देंदे बुलिया आवे जा विच मसीती बारों धोवे लता गोडे तेरे दिले रही पली थी तेरा दिल खड़ा वे मुडे कुड़िया ते तेको सच देख रे बसी थी ओ कन्ना नू हाथ लावे पहले फेर नमाज तैनी थी ओ दे नाल भी चार सभीते ओ जुनी कहदिया कहदिया जुनी कहदिया 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 Thank you.
ਕਾਦਲ ਸ਼ੁਕਰਗੁਜ਼ਾਰ ਹਾਂ ਸਾਡੇ ਨਾਲ ਨਾਲ ਜਿਹੜੇ ਵੀ ਕਮਾਲ ਆ ਪਲੀਜ਼ ਬੇਨਤੀ ਆ ਔਰ ਬਾਬਾ ਬੁੱਲੇ ਸ਼ਾਹ ਜੀ ਦੇ ਨਾਂ ਤੇ ਬਹੁਤ ਸਾਰਾ ਮਾਨ ਬਹੁਤ ਸਾਰਾ ਪਿਆਰ ਦੇ ਰਹੇ ਨੇ ਸੋ ਮਿਹਰਬਾਨੀ ਸਾਰੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਇਹ ਜਿਹਨੇ ਵੀ ਕਮਾਲ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਫਲੋਰ ਤੋਂ ਹੀ ਸਾਡੇ ਇਲਾਕੇ ਤੋਂ ਹੀ ਬਾਦਸ਼ਾਹ ਕਮਾਲ ਜੀ ਉਹਨਾਂ ਦੀ ਵੀ ਹਾਜ਼ਰੀ ਹੋਵੇਗੀ ਜਿੱਦਾਂ ਜਿੱਦਾਂ ਹਾਜ਼ਰੀ ਹੋਵੇਗੀ ਜਿੱਦਾਂ ਜਿੱਦਾਂ ਵੀ ਟਾਈਮ ਆਵੇਗਾ ਪਲੀਜ਼ ਵਾਰ ਵਾਰ ਆ ਕੇ ਮੈਨੂੰ ਜਾਂ ਚਾਚਾ ਜੀ ਸ਼ੰਭੂ ਜੀ ਉਹਨਾਂ ਨੂੰ ਕਿਸੇ ਨੇ ਪਰੇਸ਼ਾਨ ਨਹੀਂ ਕਰਨਾ ਹੈਗਾ ਦੁੱਖ ਨਹੀਂ ਪਹੁੰਚਾਉਣਾ ਹੈਗਾ ਕਿਉਂਕਿ ਅੱਗੇ ਸਰਕਾਰ ਦੀ ਕਿਰਪਾ ਹੋਈ ਹੈ ਉਹਨਾਂ 'ਤੇ ਕਿ ਮਹੀਨੇ ਇੱਕ ਬਿਮਾਰ ਰਹੇ ਮਹੀਨੇ ਬਾਅਦ ਫਿਰ ਕਿਰਪਾ ਹੋਈ ਹੈ ਸਰਕਾਰ ਦੀ ਆਮਦ ਅੱਜ ਮੇਲੇ ਦੇ ਵਿੱਚ ਵਿਰਾਜਮਾਨ ਨੇ ਠੀਕ ਹੈ ਜੀ ਔਰ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਇੱਕ ਵਾਰੀ ਫਿਰ ਤੋਂ ਤਰਲੋਚਨ ਲੋਚੀ ਜੀ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਔਰ ਉਹਨਾਂ ਦੇ ਨਾਲ ਨਾਲ ਜਿੱਦਾਂ ਜਿੱਦਾਂ ਵੀ ਟਾਈਮ ਹੋਵੇਗਾ ਉਦਾਂ ਉਦਾਂ ਸਾਰਿਆਂ ਦੀ ਹਾਜ਼ਰੀ ਹੋਵੇਗੀ ਵਾਰ ਵਾਰ ਆ ਕੇ ਪਰੇਸ਼ਾਨ ਨਾ ਕਰਿਓ ਪਲੀਜ਼ ਬੇਨਤੀ ਆ ਔਰ ਕਸ਼ਮੀਰ ਮੁਹੰਮਦ ਜੀ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਆਪਣੇ ਸਾਜ ਲਿਆਉਣ ਔਰ ਅਮੇ ਜੀ ਜਿਹਨਾਂ ਦੀ ਹਾਜ਼ਰੀ ਹੋਵੇਗੀ ਇਹ ਜਿੱਦਾਂ ਜਿੱਦਾਂ ਵੀ ਹੁਕਮ ਹੋਵੇਗਾ ਸਾਰਿਆਂ ਦੀ ਹਾਜ਼ਰੀ ਹੋਵੇਗੀ ਔਰ ਬਾਦਸ਼ਾਹ ਇਕਬਾਲ ਜੀ ਤੁਹਾਡੀ ਵੀ ਹਾਜ਼ਰੀ ਜ਼ਰੂਰ ਹੋਵੇਗੀ ਔਰ ਨਾਲ ਦੀ ਨਾਲ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਮਾਣਯੋਗ ਕਸ਼ਮੀਰ ਕਮਾਲ ਜੀ ਆਪਣਾ ਟਾਈਮ ਨੋਟ ਕਰ ਲਓ ਜੀ ਠੀਕ ਹੈ ਅੱਧਾ ਘੰਟਾ ਠੀਕ ਹੈ ਜੀ ਅੱਧਾ ਅੱਧਾ ਘੰਟਾ ਜਿਹੜਾ ਬਾਕੀ ਦੇ ਕਮਾਲਾਂ ਨੂੰ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਅੱਧੇ ਘੰਟੇ ਤੋਂ 2 ਮਿੰਟ ਪਹਿਲਾਂ ਹੀ ਮੈਨੂੰ ਮਾਈਕ ਦੇ ਦੋਗੇ ਤਾਂ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਤਰੀਕੇ ਦੇ ਨਾਲ ਹਾਜ਼ਰੀ ਦੇਣ ਜਾ ਰਹੇ ਕਸ਼ਮੀਰ ਮੁਹੰਮਦ ਜੀ ਉਸ ਤੋਂ ਬਾਅਦ ਸਰੀਮ ਬ੍ਰਦਰ ਉਸ ਤੋਂ ਬਾਅਦ ਫਿਰ ਵਨੀਤ ਜੀ ਉਹ ਹਾਜ਼ਰੀ ਦੇਣਗੇ ਉਸ ਦੇ ਨਾਲ ਨਾਲ ਅਗਲੇ ਬਹੁਤ ਹੀ ਖੂਬਸੂਰਤ ਕਮਾਲ ਔਰ ਅੰਦਾਜ਼ ਦੇ ਮਾਲਕ ਤੁਹਾਡੇ ਰੂਬਰੂ ਪੇਸ਼ ਕਰਾਵਾਂਗੇ ਹਲੇ ਔਰ ਬਹੁਤ ਸਾਰੇ ਕਮਾਲ ਦਰਬਾਰ ਦੇ ਵਿੱਚ ਪਹੁੰਚ ਗਏ ਨੇ ਜਿਸ ਤਰ੍ਹਾਂ ਦੀਪਕ ਕਮਾਲ ਜੀ ਲੁਧਿਆਣਾ ਤੋਂ ਉਹਨਾਂ ਦੀ ਵੀ ਹਾਜ਼ਰੀ ਹੋਵੇਗੀ ਵਿਜੇ ਮਾਨ ਜੀ ਉਹਨਾਂ ਦੀ ਵੀ ਹਾਜ਼ਰੀ ਔਰ ਅਮੀ ਜੀ ਅਰਾਹੋ ਤੋਂ ਜੋ ਕਿ ਮਿੰਨੀ ਸਰਤਾਜ ਦੇ ਨਾਲ ਹਾਜ਼ਰੀ ਲਗਵਾਉਂਦੇ ਨੇ ਉਸ ਦੇ ਨਾਲ ਹੀ ਜਾਣਿਆ ਜਾਂਦਾ ਹੈ ਸਾਰੇ ਇਲਾਕੇ ਦੇ ਵਿੱਚ ਮਿੰਨੀ ਸਰਤਾਜ ਜੀ ਔਰ ਬਹੁਤ ਹੀ ਸਤਿਕਾਰਯੋਗ ਕਸ਼ਮੀਰ ਮੁਹੰਮਦ ਜੀ ਉਹਨਾਂ ਦੀ ਵੀ ਹਾਜ਼ਰੀ ਹੋਵੇਗੀ ਜਿਹੜੇ ਜਿਹੜੇ ਕਮਾਲ ਬੈਠੇ ਨੇ ਸਾਰਿਆਂ ਦੀ ਹਾਜ਼ਰੀ ਹੋਵੇਗੀ ਪਰ ਪਰੇਸ਼ਾਨ ਨਾ ਪਲੀਜ਼ ਤੰਗ ਨਾ ਕਰਿਓ ਮੈਂ ਪਹਿਲਾਂ ਦੱਸਿਆ ਕਿ ਸ਼ੰਭੂ ਜੀ 1 ਮਹੀਨਾ ਬਿਮਾਰ ਰਹੇ ਔਰ ਉਸ ਤੋਂ ਬਾਅਦ ਫਿਰ ਮਈਆ ਭਗਵਾਨ ਦੀ ਕਿਰਪਾ ਹੋਈ ਫਿਰ ਤੁਹਾਡੇ ਵਿੱਚ ਬੈਠੇ ਨੇ ਪਲੀਜ਼ ਪਰੇਸ਼ਾਨ